ਇਹ ਦੇਖੋ ਇੱਕ ਵਰਤਾਨ ਰਚਿਆ ਜਾਂਦਾ ਹੈ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਇਲੈਕਟ੍ਰੋਨਿਕ ਮੀਡੀਆ ਤੇ ਪ੍ਰਿੰਟ ਮੀਡੀਆ ਤੇ ਇੰਡੀਆ ਟੂਡੇ ਵਰਗੇ ਵੱਡੇ ਮੈਗਜ਼ੀਨਾਂ ਦੇ ਉੱਤੇ ਫਰੰਟ ਪੇਜ ਤੇ ਅਮਰਿਤਪਾਲ ਦੀਆਂ ਫੋਟੋ ਲਾ ਰਹੇ ਨੇ ਜਿਸ ਤਰੀਕੇ ਦੇ ਨਾਲ ਉਹਦੀ ਕਵਰੇਜ ਹੋ ਰਹੀ ਹੈ ਉਹ ਨੈਸ਼ਨਲ ਮੀਡੀਆ ਤੇ ਕਿਸੇ ਵੀ ਆਪੋਜੀਸ਼ਨ ਲੀਡਰ ਦੀ ਖਬਰ ਨਹੀਂ ਦਿਖਾਈ ਜਾਂਦੀ ਔਰ ਜਿਸ ਤਰੀਕੇ ਨਾਲ ਉਹਦੀ ਕਵਰੇਜ ਹੋ ਰਹੀ ਹੈ ਪਿੱਛੇ ਜਾ ਜਾ ਕੇ ਉਹਦੇ ਲੰਬੇ ਲੰਬੇ ਇੰਟਰਵਿਊ ਖਾਈਆਂ ਜਾ ਰਹੀਆਂ ਉਹਦੇ ਹੀ ਸ਼ੰਕਾ ਪੈਂਦਾ ਸੀ ਕੁਝ ਨਾ ਕੁਝ ਵਾਪਰਨ ਵਾਲਾ ਹੈ ਪਰ ਉਹ ਇੱਕ ਦੇਖੋ ਉਹਦੇ ਕੋਲ ਕੋਈ ਬਹੁਤ ਵੱਡੀ ਫੋਰਸ ਨਹੀਂ ਉਹ ਤੇ ਵਿਚਾਰਾਂ ਦੀ ਲੜਾਈ ਲੜ ਰਿਹਾ ਗੱਲ ਕਰ ਰਿਹਾ ਵਾ ਉਹਦੇ ਨਾਲ ਵਿਚਾਰਾਂ ਦੀ ਲੜਾਈ ਲੜ ਸਕਦੇ ਜਾਂ ਕੋਈ ਕਾਨੂੰਨੀ ਜੇ ਕੋਈ ਗੱਲ ਪ੍ਰੋਬਲਮ ਹੈ ਤੇ ਤੁਹਾਡੇ ਕੋਈ ਨਹੀਂ ਫੋਰਸਸ ਨੇ ਇਹਨਾਂ ਲਾਅ ਲਾਅ ਐਂਡ ਆਰਡਰ ਹੈ ਕਾਨੂੰਨ ਹੈ ਕਾਨੂੰਨ ਦੇ ਨਾਲ ਗੱਲ ਕਰੋ ਪਰ ਇਹਦੀ ਸਜ਼ਾ ਅਮਰਸਰ ਨੂੰ ਕਿਉਂ ਇਹਦੀ ਸਜ਼ਾ ਪੰਜਾਬ ਨੂੰ ਕਿਉਂ ਸਾਡਾ ਕੀ ਕਸੂਰ ਹੈ